ਨਹੀਂ ਦੇਖੀ ਹੋਣੀ ਅਜਿਹੀ ਦਲੇਰੀ। ਲੁਟੇਰੇ ਚਲਾਉਂਦੇ ਰਹੇ ਗੋਲੀਆਂ, ਫਿਰ ਵੀ ਚਾਰ ਲੁਟੇਰਿਆਂ ਤੇ ਭਾਰੀ ਪਿਆ ਇਹ ਇਕੱਲਾ ਦੁਕਾਨਦਾਰ। ਤਾਂ ਦੱਸਦੇ ਕਿ ਦੁਕਾਨ ਦੇ ਵਿੱਚ ਚਾਰ ਲੁਟੇਰੇ ਵੜਦੇ ਨੇ ਤੇ ਬੰਦੂਕ ਦੀ ਨੋਕ ਤੇ ਲੁੱਟ ਕਰਨ ਆਉਂਦੇ ਨੇ, ਪਰ ਉਹਨਾਂ ਦੇ ਸਾਹਮਣੇ ਇਹ ਦਲੇਰ ਦੁਕਾਨਦਾਰ ਸੀ। ਸ਼ਾਇਦ ਇਹ ਗੱਲ ਉਹਨਾਂ ਨੂੰ ਪਤਾ ਨਹੀਂ ਸੀ ਤੇ ਪਹਿਲਾਂ ਇਹਨਾਂ ਦੇ ਵੱਲੋਂ ਬੰਦੂਕ ਦਿਖਾ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦੁਕਾਨ ਦਾ ਕਾਊਂਟਰ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੁਕਾਨਦਾਰ ਨੇ ਉਸਨੂੰ ਧੱਕਾ ਮਾਰ ਦਿੱਤਾ ਤੇ ਫਿਰ ਇਹ ਦੇਖ ਕੇ ਲੁਟੇਰਿਆਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਪਰ ਫਿਰ ਵੀ ਇਹ ਦੁਕਾਨਦਾਰ ਉਹਨਾਂ ਤੋਂ ਡਰਦਾ ਨਹੀਂ, ਸਗੋਂ ਉਹਨਾਂ ਨੂੰ ਅੰਦਰ ਵੜਨ ਨਹੀਂ ਦਿੰਦਾ ਤੇ ਧੱਕੇ ਮਾਰਦਾ ਰਹਿੰਦਾ ਤੇ ਇਸਦੀ ਦਲੇਰੀ ਵੇਖ ਕੇ ਇਹ ਚਾਰੋਂ ਚੋਰ ਡਰ ਜਾਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸਦੇ ਕਿ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਚਾਰ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਦੀ ਕੋਸ਼ਿਸ਼ ਤਾਂ ਕੀਤੀ ਗਈ ਤਾਂ ਇਸ ਦਲੇਰ ਦੁਕਾਨਦਾਰ ਕਰਕੇ ਉਹਨਾਂ ਦੀ ਇਹ ਕੋਸ਼ਿਸ਼ ਪੂਰੀ ਨਹੀਂ ਹੋ ਸਕੀ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਪਹਿਲਾਂ ਤਾਂ ਦੁਕਾਨ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਬੰਦੂਕ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੈਸੇ ਲੁੱਟਣ ਦੀ ਵੀ ਨਾਲ ਕੋਸ਼ਿਸ਼ ਕੀਤੀ ਗਈ ਸੀ, ਪਰ ਜਿਵੇਂ ਹੀ ਦੁਕਾਨਦਾਰ ਉਹਨਾਂ ਨੂੰ ਵੇਖਦਾ ਤਾਂ ਡਰਦਾ ਨਹੀਂ ਸਗੋਂ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ। ਤਾਂ ਫਿਰ ਇੱਕ ਲੁਟੇਰਾ ਕਾਊਂਟਰ ਟੱਪ ਕੇ ਜਦ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੁਕਾਨਦਾਰ ਦੇ ਵੱਲੋਂ ਉਸਨੂੰ ਧੱਕਾ ਮਾਰ ਦਿੱਤਾ ਜਾਂਦਾ ਤਾਂ ਇਹ ਵੇਖ ਕੇ ਦੂਸਰਾ ਲੁਟੇਰਾ ਗੋਲੀਆਂ ਚਲਾ ਦਿੰਦਾ ਹੈ, ਪਰ ਫਿਰ ਵੀ ਗੋਲੀਆਂ ਤੋਂ ਇਹ ਦੁਕਾਨਦਾਰ ਡਰਦਾ ਨਹੀਂ ਸਗੋਂ ਉਹਨਾਂ ਨੂੰ ਧੱਕੇ ਮਾਰਨ ਲੱਗ ਜਾਂਦਾ ਹੈ। ਤਾਂ ਇਹ ਦਲੇਰੀ ਵੇਖ ਕੇ ਲੁਟੇਰੇ ਡਰਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੁਕਾਨਦਾਰ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹਨਾਂ ਨੂੰ ਉਸਦੀ ਬੰਦੂਕ ਨਕਲੀ ਲੱਗੀ ਸੀ। ਤਾਂ ਹੁਣ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤਾਂ ਉਹਨਾਂ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਹਾਂਜੀ ਭਾਜੀ, ਕੀ ਨਾਮ ਆਪਣਾ ਜੀ? ਮੇਰਾ ਨਾਮ ਪ੍ਰਦੀਪ ਕੁਮਾਰ ਜੀ। ਕੀ ਵਾਰਦਾਤ ਹੋਈ ਭਾਜੀ? ਭਾਜੀ ਅੱਜ 4 ਵਜੇ ਦੇ ਕਰੀਬ ਆ ਨਾ, 3 ਬੰਦੇ ਮੋਟਰਸਾਈਕਲ ਦੇ ਆਏ ਹੋਏ ਬੰਨੇ ਹੋਏ ਸੀ ਅਤੇ ਉਹ ਆ ਕੇ ਇੱਥੇ ਆਉਂਦਿਆਂ ਨੇ ਇੱਕ ਮੇਰੇ ਕੋਲ ਕਸਟਮਰ ਬੈਠੇ ਸੀਗੇ ਸਾਡੇ ਨਾਲ ਦੇ ਹੀ, ਅਤੇ ਉਹਨਾਂ ਨੂੰ ਵੀ ਕਿਹਾ, ਮੈਨੂੰ ਵੀ ਕਿਹਾ ਪਿਸਤੌਲ ਸਾਡੇ ਦੇ ਤਾੜ ਲਿਆ ਅਤੇ ਕਹਿੰਦੇ ਚੁੱਪ ਕਰਕੇ ਬੈਠੇ ਰਹੋ। ਅਤੇ ਇੱਕ ਨੇ ਕੋਸ਼ਿਸ਼ ਕੀਤੀ ਇੱਥੇ ਮੇਰੇ ਕੰਮ ਕੀ ਹੈ? ਮੇਰਾ ਕੰਮ ਮਨੀ ਟ੍ਰਾਂਸਫਰ ਦਾ ਹੈ ਜੀ। ਅੱਛਾ, ਮਨੀ ਟ੍ਰਾਂਸਫਰ ਦਾ ਕੰਮ ਹੈ ਜੀ ਅਤੇ ਇਹਦੇ ਕੋਲ ਇੱਥੇ ਟੱਪਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਅਤੇ ਮੈਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾਅ ਹੋ ਗਿਆ। ਅਤੇ ਉਸ ਤੋਂ ਬਾਅਦ ਮੇਰੇ ਕੋਲ ਕੈਮਰੇ ਦੇ ਵਿੱਚ ਹੂਟਰ ਬੋਲ ਲੱਗਿਆ ਸੀ, ਮੈਂ ਹੂਟਰ ਲਾਇਆ ਤਾਂ ਮੇਰੇ ਨਾਲ ਦੇ ਸਟਾਫ ਆ ਇੱਥੇ ਬੰਦੇ ਹੋਰ ਨਾਲ ਦੇ ਦੁਕਾਨੇ ਹੋਏ। ਭਾਜੀ ਉਹਨਾਂ ਤੋਂ ਕੋਈ ਹਥਿਆਰ ਵਗੈਰਾ ਵੀ ਸੀ? ਹਥਿਆਰ ਉਹਨਾਂ ਕੋਲ ਭਾਜੀ ਪਿਸਤਲ ਸੀਗਾ। ਅੱਛਾ, ਪਿਸਤਲ ਸੀਗਾ, ਪਿਸਤਲ ਉਹਨਾਂ 4-5 ਫਾਇਰ ਵੀ ਕੀਤੇ ਪਰ ਉਹ ਮੇਰੇ ਹਿਸਾਬ ਨਾਲ ਨਕਲੀ ਸਕੇ। ਨਕਲੀ ਤੋਂ ਕਿਉਂਕਿ ਉਹ ਤਾਂ ਫਾਇਰ ਜਿਹੜਾ ਉਹਦੇ ਅਸਲੀ ਦਾ ਫਾਇਰ ਨਹੀਂ ਸੀ, ਉਹ ਨਕਲੀ ਦਾ ਫਾਇਰ ਸੀ, ਸਿਰਫ ਡਰਾਉਣ ਵਾਸਤੇ ਕੀਤਾ ਪਰ ਉਹ ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ। ਅਤੇ ਉਹ ਬਾਅਦ ਭੱਜ ਗਿਆ, ਬੰਦਿਆਂ ਨੇ ਕੋਸ਼ਿਸ਼ ਵੀ ਕੀਤੀ ਅਤੇ ਪੁਲਿਸ ਰਿਪੋਰਟ ਕਰ ਦਿੱਤੀ ਸੀ, ਉਹ ਆ ਕੇ ਜੀ ਇੰਸਪੈਕਸ਼ਨ ਕਰ ਗਿਆ, ਉਸ ਪ੍ਰਸ਼ਾਸਨ ਆਇਆ ਸੀ ਉਹ ਦੇਖ ਗਿਆ ਜੀ। ਤੁਸੀਂ ਭਾਅ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਹੀ ਮੈਂ ਤਾਂ ਇੱਦਾਂ ਦੇ ਭਾਅ ਜੀ ਗਲਤ ਕੰਮਾਂ ਨੂੰ ਮੈਂ ਕੇਰ ਪਾਈ ਜਾਵੇ ਜੀ ਅਤੇ ਕੋਈ ਹਰ ਬੰਦਾ ਮਿਹਨਤੀ ਬੰਦਾ ਕੰਮ ਕਰਦਾ ਕੋਈ ਤਾਂ ਉਹਨੂੰ ਬਚਾਅ ਹੋਣਾ ਚਾਹੀਦਾ ਜੀ, ਬੜੇ ਮਿਹਨਤ ਨਾਲ ਪੈਸੇ ਕਮਾਏ ਜਾਂਦੇ ਜੀ ਉਹਨੇ, ਇਹੀ ਪ੍ਰਸ਼ਾਸਨ ਤੋਂ ਇਹੀ ਅਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਫੜੇ ਜਾਣ ਬੰਦੇ ਅਤੇ ਉਹਨਾਂ ਨੂੰ ਜੋ ਬਣਦੀ ਸਜ਼ਾ ਦਿੱਤੀ ਜਾਵੇ।